ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਜਸਟਿਸ ਨਾਰੰਗ ਕਮਿਸ਼ਨ ਉੱਤੇ ਬੋਗਸ ਹੋਣ ਅਤੇ ਮਾਮਲੇ ਵਿੱਚ ਹਾਈਕੋਰਟ ਜਾਣ ਉੱਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਹਮੇਸ਼ਾ ਬੋਗਸ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਜਿੱਥੋਂ ਤੱਕ ਰੇਤ ਖਨਣ ਮਾਮਲੇ ਵਿੱਚ ਜਾਂਚ ਦੀ ਗੱਲ ਹੈ ਤਾਂ ਜਾਂਚ ਕਿਤਿਓਂ ਵੀ ਕਰਵਾ ਰਹੇ ਹਨ, ਸੁਖਪਾਲ ਖਹਿਰਾ ਨੂੰ ਕਦੇ ਵੀ ਹਜ਼ਮ ਨਹੀਂ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਜਿੱਥੋਂ ਤੱਕ ਹਾਈਕੋਰਟ ਜਾਣ ਦੀ ਗੱਲ ਹੈ ਉਹ ਉਸਦਾ ਸਵਾਗਤ ਕਰਦੇ ਹਨ ਅਤੇ ਜਿੱਥੋਂ ਮਰਜ਼ੀ ਜਾਂਚ ਹੋ ਜਾਵੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਪਾਕ ਸਾਫ਼ ਨਿਕਲਣਗੇ। ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਦੇ ਤੜਪਣ ਦੀ ਅਸਲੀ ਵਜ੍ਹਾ ਇਹ ਹੈ ਕਿ ਕਾਂਗਰਸ ਵੱਲੋਂ ਉਹਨਾਂ ਨੂੰ ਉਹਨਾਂ ਦੇ ਆਪਣੇ ਹਲਕੇ ਭੁਲਾਤ ਵਿੱਚ ਖਾਸੀ ਚੁਣੌਤੀ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਰਾਣਾ ਗੁਰਜੀਤ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਫੈਸਲੇ ਉੱਤੇ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਕਿ ਇੱਕਦਮ ਤਤਕਾਲ ਵਿੱਚ ਇਸ ਮੁੱਦੇ ਉੱਤੇ ਕੁਝ ਨਹੀਂ ਕੀਤਾ ਜਾ ਸਕਦਾ। ਰਾਣਾ ਗੁਰਜੀਤ ਨੇ ਕਿਹਾ ਕਿ GST ਦੇ ਬਾਅਦ ਪ੍ਰਦੇਸ਼ ਕਾਂਗਰਸ ਦੇ ਹਿੱਸੇ ਦੇ ਤਿਮਾਹੀ ਰੂਪ ਨਾਲ ਆਉਣ ਨਾਲ ਸੂਬੇ ਦੇ ਆਰਥਿਕ ਕੰਮ ਰੁਕ ਗਏ ਹਨ, ਜਿਸ ਦਾ ਹੱਲ ਕੇਂਦਰ ਸਰਕਾਰ ਨੂੰ ਲੱਭਣਾ ਚਾਹੀਦਾ। ਸੋ ਗੱਲ ਆ, ਆਪਣੇ ਨਹੀਂ ਕਦੇ ਚੱਕਿਆ ਪਿਓ ਦਾ ਪੁੱਤ, ਲੋਕਾਂ ਨਾ ਇਹਨੂੰ ਜਸਟਿਸ 'ਤੇ ਭਰੋਸਾ, ਨਾ ਇਹਨੂੰ ਸਰਕਾਰ 'ਤੇ ਭਰੋਸਾ ਵੀ ਮੈਨੂੰ ਤਾਂ ਜੋ ਜਸਟਿਸ ਕਰੂਗਾ। ਅੱਛਾ ਹਾਂ, ਹੀ ਹੈਜ਼ ਆਲ ਦੀ ਰਾਈਟ ਟੂ ਗੋ ਟੂ ਹਾਈ ਕੋਰਟ, ਹਾਈ ਕੋਰਟ ਡਿਸਾਈਡ ਕਰੇ, ਮੈਨੂੰ ਕੀ ਪਰੇਸ਼ਾਨੀ ਹੈ ਬਈ। ਜਸਟਿਸ ਨਾਰੰਗ ਦੀ ਰਿਪੋਰਟ, ਜਿੱਦਣ ਜਸਟਿਸ ਨਾਰੰਗ ਨੂੰ ਇਹ ਰੈਫਰ ਕੀਤਾ ਗਿਆ ਕਿ ਇਹਨੂੰ ਤਾਂ ਉਦੋਂ ਵੀ ਤਸੱਲੀ ਨਹੀਂ ਸੀ। ਕਪੂਰਥਲਾ ਤੋਂ ਸੁਰਿੰਦਰ ਬੱਬੂ ਦੇ ਨਾਲ ਬਿਊਰੋ ਰਿਪੋਰਟ, KTV।